ਪਿਛਲੇ ਲਗਭਗ 5 ਦਿਨਾਂ ਤੋਂ ਪਟਿਆਲਾ ਵਿਖੇ ਚੱਲ ਰਹੀਆਂ ਸਕੂਲ ਖੇਡਾਂ 'ਚ ਬਾਕਸਿੰਗ ਦੇ ਮੈਚ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤੇ ਗਏ। ਅੱਜ ਇਹਨਾਂ ਖੇਡਾਂ ਦੇ ਅੰਤਿਮ ਦਿਨ ਅੰਮ੍ਰਿਤਸਰ ਅਤੇ ਬਠਿੰਡਾ ਦੀ ਟੀਮ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਟੀਮ ਦੇ ਕੋਚਾਂ ਨੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਜਾਣਕਾਰੀ ਦਿੰਦੇ ਕੋਚ ਬਲਕਾਰ ਸਿੰਘ ਅੰਮ੍ਰਿਤਸਰ, ਨਿਰਮਲ ਸਿੰਘ ਬਠਿੰਡਾ ਅਤੇ ਹਰਪਵਨਪ੍ਰੀਤ ਕੌਰ ਅੰਮ੍ਰਿਤਸਰ ਸਮੇਤ ਖਿਡਾਰੀ ਐਨਐਮ ਸੰਧੂ ਅਤੇ ਮਨਮੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇਹਨਾਂ ਖੇਡਾਂ ਦੌਰਾਨ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਟੀਮਾਂ ਨੂੰ ਹਰਾਉਣ ਲਈ ਸਥਾਨਕ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਪਾਸਾ ਕਾਰਵਾਈ ਕੀਤੀ ਅਤੇ ਜਦੋਂ ਉਹਨਾਂ ਨੇ ਸ਼ਿਕਾਇਤ ਕਰਨੀ ਚਾਹੀ ਤਾਂ ਉਹਨਾਂ ਨੂੰ ਗਰਾਊਂਡ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਇਸ ਤੋਂ ਇਲਾਵਾ ਲੜਕੀਆਂ ਖਿਡਾਰਨਾਂ ਨੂੰ ਵੀ ਅਪਸ਼ਬਦ ਬੋਲੇ ਗਏ ਅਤੇ ਨਾਲ ਹੀ ਪੁਲਿਸ ਕਾਰਵਾਈ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਇਲਾਵਾ ਜਿਹੜੇ ਖੇਡਾਂ ਵਿੱਚ ਕੱਢੇ ਜਾਣ ਵਾਲੇ ਡਰਾ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਨਹੀਂ ਕੱਢੇ ਗਏ। ਇਸ ਤੋਂ ਇਲਾਵਾ 15 ਦਿਨਾਂ ਦਾ ਟੂਰਨਾਮੈਂਟ 5 ਦਿਨਾਂ ਵਿੱਚ ਹੀ ਸਮਾਪਤ ਕਰ ਦਿੱਤਾ, ਜਿਸ ਦੀ ਬਦੌਲਤ ਬੱਚਿਆਂ ਨੂੰ ਰਾਤ ਨੂੰ 1-1 ਵਜੇ ਆਪਣੇ ਕਮਰਿਆਂ ਵਿੱਚ ਜਾਣਾ ਪੈਂਦਾ ਸੀ। ਇਸ ਸੰਬੰਧੀ ਆਰਗੇਨਾਈਜ਼ਰ ਸੈਕਟਰੀ ਖੇਡਾਂ ਰੁਪਿੰਦਰ ਰਵੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤਾਂ ਆਈਆਂ ਹਨ ਤੇ ਜਾਂਚ ਜਾਰੀ ਹੈ ਅਤੇ ਹਰ ਸੰਭਵ ਤਰੀਕੇ ਨਾਲ ਨਜਿੱਠਿਆ ਜਾਵੇਗਾ। ਜਦਕਿ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਦਾ ਕਹਿਣਾ ਹੈ ਕਿ ਹਾਰ ਤੋਂ ਬਾਅਦ ਹਤਾਸ਼ ਵਿੱਚ ਆਈਆਂ ਇਹ ਟੀਮਾਂ ਅਤੇ ਉਹਨਾਂ ਦੇ ਕੋਚ ਅਜਿਹਾ ਕਰ ਰਹੇ ਹਨ। ਸਰ, ਅਸੀਂ ਇੱਥੇ ਅੰਮ੍ਰਿਤਸਰ ਤੋਂ ਆਏ ਸੀ ਬਾਕਸਿੰਗ ਦੀ ਟੀਮ ਲੈ ਕੇ। ਗੌਰਮੈਂਟ ਸੀਨੀਅਰ ਸੈਕੰਡਰੀ ਇੱਥੇ ਮਲਟੀਪਰਪਜ਼ ਸਕੂਲ ਦੇ ਵਿੱਚ ਸਟੇਟ ਟੂਰਨਾਮੈਂਟ ਹੋਇਆ ਜਿੱਥੇ ਕਿ ਧੀਆਂ ਨਾਲ ਬਹੁਤ ਵੱਡਾ ਧੱਕਾ ਵੀ ਹੋਇਆ। ਸਰਦਾਰ ਤੋਤਾ ਸਿੰਘ ਨੇ ਇੰਨੀ ਗੰਦੀ ਭਾਸ਼ਾ ਨੂੰ ਇਸਤੇਮਾਲ ਕੀਤਾ, ਧੀਆਂ ਨੂੰ ਗਾਲਾਂ ਵੀ ਕੱਢੀਆਂ ਔਰ ਗੁੰਡੇ ਵੀ ਬੁਲਾਏ ਗਏ। ਕੋਚਸ ਨੂੰ ਗਾਲਾਂ ਕੱਢੀਆਂ ਗਈਆਂ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ 'ਤੇ ਪਰਚਾ ਕਰਾਵਾਂਗੇ ਔਰ ਤੁਹਾਡੀ ਜਮਾਨਤ ਤੱਕ ਨਹੀਂ ਹੋਣ ਦੇਵਾਂਗੇ। ਧੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਜਿਹੜਾ ਰੈਫਰੀ ਖਿਲਾ ਰਿਹਾ ਸੀ ਉਹ ਕੌਣ ਸੀਗਾ ਉਹਨੂੰ ਪੁੱਛਿਆ ਵੀ ਜਾਵੇ, ਜਦਕਿ ਉਹਨੂੰ DSO ਦਫ਼ਤਰ ਤੋਂ ਕੱਢਿਆ ਗਿਆ, ਉਹ ਕੋਈ ਕੋਚ ਉਹ ਹੈ ਨਹੀਂ ਸੀਗਾ, ਫਿਰ ਵੀ ਉਹਨੂੰ ਇਹਨੂੰ ਰੈਫਰੀ ਖਿਲਾ ਰਿਹਾ। ਅਤੇ ਇਹਨਾਂ ਨੂੰ ਜਿਹੜੇ ਮੌਜੂਦਾ ਕੋਚਿਸ ਨੇ ਉਹਨਾਂ ਨੂੰ ਕਹਿੰਦੇ ਕਿ ਤੁਹਾਡਾ ਕੋਈ ਰੋਲ ਨਹੀਂ ਹੈਗਾ। ਕਿਉਂ? ਇੱਥੋਂ ਦੀ ਸਰਕਾਰ ਆ, ਇੱਥੋਂ ਦਾ ਮੁੱਖ ਮੰਤਰੀ ਆ, ਫਿਰ ਵੀ ਇਸ ਘਰ ਦੇ ਵਿੱਚ ਆ ਕੇ ਧੀਆਂ ਨਾਲ ਐਡਾ ਵੱਡਾ ਧੱਕਾ ਕਿਉਂ? ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਆ ਔਰ ਧੀਆਂ ਨੂੰ ਇਹਨਾਂ ਦਾ ਇਨਸਾਫ਼ ਚਾਹੀਦਾ ਜਿਹਨਾਂ ਨਾਲ ਇੰਨਾ ਕੁਛ ਹੋਇਆ ਹੈ ਜੀ। ਮੇਨ ਮੁੱਦਾ ਇਹ ਹੈ ਜੀ, ਕੁੜੀ ਜਿੱਤਦੀ ਪਈ ਸੀਗੀ, ਕਲੀਅਰ ਬਾਊਟ ਸੀਗੀ, ਇਹਨਾਂ ਨੇ ਫਿਰ ਵੀ ਕੁੜੀ ਜਿੱਤੀ ਹੋਈ ਨੂੰ ਹਰਾਇਆ ਔਰ ਇੰਡੋਗੇਸ਼ਨ ਦਿੱਤੀਆਂ, ਇਸ਼ਾਰਿਆਂ ਨਾਲ ਦੱਸਿਆ ਗਿਆ ਕਿ ਇਸ ਕੁੜੀ ਨੂੰ ਜਿਤਾਇਆ ਜਾਵੇ ਅਤੇ ਇਸ ਨੂੰ ਹਰਾਇਆ ਜਾਵੇ। ਕਿਉਂ? ਜਿਹਦਾ ਹੱਕ ਮਾਣਦਾ, ਜਿਹਦਾ ਮਾਨ ਸਨਮਾਨ ਹੈ ਉਹਨੂੰ ਕਿਉਂ ਨਹੀਂ ਦਿੱਤਾ ਜਾਵੇ? ਜੇ ਅੱਜ ਵੀ ਤੁਸੀਂ ਇਹੋ ਹੀ ਕੁਛ ਕਰਨਗੇ ਸਭ ਤਾਂ ਕਿਉਂ ਧੀਆਂ ਤਾਂ ਕਦੀ ਅੱਗੇ ਵੱਧ ਹੀ ਨਹੀਂ ਪਾਉਣਗੀਆਂ। ਤੁਸੀਂ ਕਹਿ ਇਹ ਲੋਕ ਕਹਿੰਦੇ ਨੇ ਕੁੜੀਆਂ ਨੂੰ ਅੱਗੇ ਲਿਆਓ, ਸਪੋਰਟਸ ਨੂੰ ਮੋਟੀਵੇਟ ਕਰੋ, ਕਿਵੇਂ ਮੋਟੀਵੇਟ ਕਰਾਂਗੇ? ਇਸ ਤਰ੍ਹਾਂ ਦੇ ਬੱਚੇ ਕਦੀ ਨਹੀਂ ਅੱਗੇ ਆਉਣਗੇ ਜੀ। ਮੈਚ ਚੱਲ ਰਿਹਾ ਸੀ ਕਿਸ ਟੀਮ ਦਾ? ਇਹ ਸਟੇਟ ਦਾ ਟੂਰਨਾਮੈਂਟ ਸੀਗਾ ਜੀ। ਮੈਡਮ ਜੀ, ਰੈਫਰੀ ਦੀ ਗੱਲ ਕੀਤੀ ਗਈ ਆ ਤੁਸੀਂ, ਠੀਕ? ਬਿਲਕੁਲ ਜੀ। ਉਹ ਰੈਫਰੀ ਪਹਿਲਾਂ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਕੱਢਿਆ ਗਿਆ ਸੀ, ਬੇਸ਼ੱਕ ਤੁਹਾਨੂੰ ਪਤਾ ਹੋਵੇ। ਬਿਲਕੁਲ ਜੀ, ਦੁਬਾਰਾ ਫਿਰ ਇਹ ਤੋਤਾ ਸਿੰਘ ਨੇ ਰੱਖਿਆ ਗਿਆ ਜਾਂ ਜਿਸ ਨੇ ਰੱਖਿਆ? ਇਹ ਸਾਨੂੰ ਨਹੀਂ ਪਤਾ ਕਿ ਤੋਤਾ ਸਿੰਘ ਨੇ ਰੱਖਿਆ ਇਹ, ਚਾਹੇ ਬਿਲਕੁਲ ਹੋਰ ਵੀ ਤੋਤਾ ਸਿੰਘ ਵੀ ਉਹਦੇ ਨਾਲ ਸਹਿਮਤ ਸੀਗਾ, ਇਹਨਾਂ ਨੇ ਉਹਨੂੰ ਰੱਖਿਆ ਤਾਂ ਸਾਰਿਆਂ ਦੀ ਮਿਲੀ ਭੁਗਤ ਹੋਇਆ, ਜੋ ਕੁਛ ਵੀ ਹੋਇਆ ਨਾ ਸਭ ਦੀ ਮਿਲੀ ਭੁਗਤ ਹੋਇਆ। ਤੁਸੀਂ ਹੁਣ ਕੀ ਚਾਹੁੰਦੇ ਕੀ? ਅਸੀਂ ਚਾਹੁੰਦੇ ਕਿ ਬੱਚਿਆਂ ਦਾ ਇੱਕ ਤਾਂ ਉਹਨਾਂ ਦਾ ਮਾਨ ਸਨਮਾਨ ਮਿਲੇ ਉਹਨਾਂ ਨੂੰ, ਉਹਨਾਂ ਦਾ ਹੱਕ ਮਿਲਣਾ। ਅਸੀਂ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਮੈਡਲ ਸਾਨੂੰ ਦਿੱਤੇ ਅਸੀਂ ਉਹ ਵੀ ਨਹੀਂ ਲਏ, ਇਹਨਾਂ ਜਿਹੜੀ ਟਰੋਫੀ ਦਿੱਤੀ ਅਸੀਂ ਉਹ ਵੀ ਨਹੀਂ ਇਹਨਾਂ ਕੋਲੋਂ ਲਈ। ਜਿੱਥੇ ਗੱਲ ਕੀਤੀ ਹੈ ਪੰਜਾਬ ਸਰਕਾਰ ਨਾਲ ਸਾਨੂੰ ਵੱਡੇ ਪੱਧਰ ਦੇ ਜਿਹੜਾ ਹੁਣ ਫਿਰ ਖੇਡਾਂ ਕਰਾਈਆਂ ਜਾ ਰਹੀਆਂ ਨੇ, ਕਿ ਉਹਦੇ ਵਿੱਚ ਤੁਸੀਂ ਪਾਰਟੀਸਪੇਟ ਕਰੋਗੇ ਜਾਂ ਨਹੀਂ ਕਰੋਗੇ? ਜੇ ਇਹ ਕੁਛ ਕਰਨਗੇ ਅਸੀਂ ਕਦੀ ਪਾਰਟੀਸਪੇਟ ਨਹੀਂ ਕਰਾਂਗੇ ਜੀ। ਕੀ ਨਾਮ ਹੈ ਬੇਟੇ? ਗੁਰਦੁਆਰੇ ਚ ਠਹਿਰ ਰਹੇ ਆ, ਆਪਾਂ ਇੱਥੇ ਗੁਰਦੁਆਰੇ ਚ ਰਹਿ ਰਹੇ ਆ, ਸਾਨੂੰ ਗਾਲਾਂ ਵੀ ਕੱਢੀਆਂ ਗਈਆਂ, ਧੱਕੇ ਮਾਰ ਮਾਰ ਕੇ ਕੱਢਿਆ ਗਿਆ। ਮੈਂ ਘਰੋਂ ਗਰੀਬ ਆ, ਠੀਕ ਆ,
ਮੇਰੇ ਘਰਦਿਆਂ ਨੇ ਲਾਸਟ ਮੌਕਾ ਦਿੱਤਾ ਸੀ, ਮੈਂ ਪੂਰੀ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕੀਤੀ, ਠੀਕ ਹੈ, ਇਹਨਾਂ ਨੇ ਫਿਰ ਵੀ ਮੇਰੇ ਨਾਲ ਧੱਕਾ ਕੀਤਾ, ਮੈਂ ਇਹਨਾਂ ਦੇ ਅੱਗੇ ਹੱਥ ਵੀ ਜੋੜੇ ਕਿ ਕੋ ਸਾਹਿਬ ਮੇਰੇ ਨਾਲ ਇਨਸਾਫ ਕਰੋ, ਪਰ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਕੌਣ ਸੀ ਉਹ, ਕੀ ਨਾਮ ਹੈ ਇਹਨਾਂ ਦਾ, ਕੁਛ ਪਤਾ? ਸਰ ਨਾ, ਨਹੀਂ ਪਤਾ। ਓਕੇ, ਅਤੇ ਤੁਸੀਂ ਗੱਲ ਕੀਤੀ ਜਾਵੇ ਜਦੋਂ ਤੁਸੀਂ ਉੱਥੇ ਖੇਡਣ ਗਏ ਸੀ, ਕਿਸ ਤਰ੍ਹਾਂ ਜਿਹੜਾ ਤੁਹਾਡਾ ਭਤੀਜਾ ਕੀਤਾ ਗਿਆ, ਤੁਸੀਂ ਕਹਿ ਰਹੇ ਹੋ ਇਲਜ਼ਾਮ ਲਗਾ ਰਹੇ ਹੋ, ਉਹ ਬੰਦਾ ਕੌਣ ਸੀ ਜਿਸ 'ਤੇ ਇਲਜ਼ਾਮ ਲਗਾ ਰਹੇ ਹੋ ਤੁਸੀਂ? ਪ੍ਰਿੰਸੀਪਲ ਤੋਤਾ ਸਿੰਘ। ਅੱਛਾ, ਕੀ ਕਿਹਾ ਉਹਨਾਂ ਵੱਲੋਂ? ਤੁਹਾਨੂੰ ਸਰ ਉਹਨਾਂ ਨੇ ਗਾਲਾਂ ਕੱਢੀਆਂ, ਗੁੰਡੇ ਬੁਲਾਏ, ਕੋ ਸਾਹਿਬ ਨੂੰ, ਕੋ ਸਾਹਿਬ ਨੂੰ ਵੀ ਗਾਲਾਂ ਕੱਢੀਆਂ। ਗੁੰਡੇ ਬੁਲਾਉਣਾ ਮਤਲਬ ਕਿ 12 ਬੰਦੇ ਬੁਲਾਏ ਸੀ? ਹਾਂਜੀ, 12 ਬੰਦੇ ਬੁਲਾਏ ਸੀ। ਹੁਣ ਕੀ ਚਾਹੁੰਦੇ ਕੀ ਤੁਸੀਂ? ਸਰ ਸਾਨੂੰ ਇਨਸਾਫ ਮਿਲੇ। ਜਿੰਨੇ ਕੋਈ ਤੁਸੀਂ ਹੋਰ ਕਿਸੇ ਨਾਲ ਕੋਈ ਆਪਣੇ ਸੀਨੀਅਰ ਨਾਲ ਗੱਲ ਕੀਤੀ ਜਿਹੜੇ ਤੁਹਾਡੇ ਨਾਲ ਆਏ ਸੀਗੇ ਕੋਚ? ਸਰ ਗੱਲ ਸਰ ਨਹੀਂ, ਸਰ ਸਾਡੇ ਕੋਚ ਨੂੰ ਤਾਂ ਤੁਹਾਡੀ ਕੋਚ ਨਾਲ ਕਦੇ ਤੁਸੀਂ ਗੱਲ ਨਹੀਂ ਕੀਤੀ? ਸਰ ਕੀਤੀ ਸੀ, ਉਹਨਾਂ ਨੇ ਕੋ ਸਾਹਿਬ ਨੂੰ ਵੀ ਗਾਲਾਂ ਕੱਢੀਆਂ, ਅਤੇ ਉਹਨਾਂ ਨੇ ਕੋ ਸਾਹਿਬ ਨੂੰ ਧੱਕੇ ਮਾਰ ਕੇ ਕੱਢਿਆ, ਕਹਿੰਦੇ ਤੁਹਾਨੂੰ ਜੇਲ੍ਹ ਕਰਾ ਦਾਂਗੇ, ਤੁਹਾਨੂੰ ਰਿਹਾਈ ਵੀ ਨਹੀਂ ਮਿਲਣੀ। ਤੁਸੀਂ ਕੀ ਕਹਿਣਾ ਪੰਜਾਬ ਸਰਕਾਰ ਦੀ ਸਾਈਡ ਦਾਅਵੇ ਕਰਦੀ ਹੈ ਕਿ ਕੁੜੀਆਂ ਨੂੰ ਮਤਲਬ ਪ੍ਰਮੋਟ, ਗੇਮਾਂ ਨੂੰ ਪ੍ਰਮੋਟ ਕਰੋ, ਕੁੜੀਆਂ ਨੂੰ ਅੱਗੇ ਲਿਆਓ, ਉਹਦੇ ਬਾਰੇ? ਸਰ ਇੱਦਾਂ ਤਾਂ ਫਿਰ ਕੁੜੀਆਂ ਨੂੰ ਘਰੋਂ ਬਾਹਰ ਹੀ ਨਾ, ਉਹਦੇ ਘਰ ਦੇ ਕੱਢਣਗੇ ਜੇ ਇੱਦਾਂ ਕਰਨਗੇ ਤਾਂ। ਤੁਹਾਡਾ ਮੁੜ ਕੇ ਦਿਲ ਕਰੇਗਾ ਤੁਹਾਡੀ ਸਪੋਰਟ ਚਾਹਣ ਲਈ? ਸਰ ਮੇਰਾ ਦਿਲ ਨਹੀਂ ਕਰੇਗਾ ਫਿਰ ਇੱਦਾਂ ਇੱਦਾਂ, ਮੈਂ ਨਾ ਇਹ ਵਾਰੀ ਧੱਕਾ ਕਰਦੇ ਪਏ। ਆਪਣੇ ਪੇਰੈਂਟ ਘਰਦਿਆਂ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਕੁਛ ਹੋਇਆ? ਸਰ ਘਰਦਿਆਂ ਨਾਲ ਮੈਂ ਗੱਲਬਾਤ ਨਹੀਂ ਕੀਤੀ, ਘਰਦਿਆਂ ਨੇ ਆਖਰੀ ਸਾਲ ਦਿੱਤਾ ਸੀ, ਠੀਕ ਹੈ, ਕਹਿੰਦੇ ਪੜ੍ਹਾਈ ਛੱਡ ਦੇ, ਗੇਮ ਛੱਡ ਦੇ ਆਪਣੀ। ਮੇਰਾ ਨਾਮ ਐਨਮ ਸੰਧੂ ਹੈ, ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਹਾਂ, ਅਤੇ ਸਾਡੇ ਨਾਲ ਇੱਥੇ ਧੱਕਾ ਹੋਇਆ ਹੈ, ਅਸੀਂ ਜਿੱਤਦੇ ਹਾਂ, ਕਲੀਅਰ ਪਾਊਟਾ ਦਿੰਦੇ ਹਾਂ, ਫਿਰ ਵੀ ਸਾਨੂੰ ਜਿਤਾਉਣ ਦੇ ਨਹੀਂ, ਹਰਾ ਦਿੰਦੇ ਆ, ਔਰ ਦੂਜੇ ਸਾਡੀ ਨੂੰ ਜਿਤਾਉਣ ਲਈ ਰੈੱਡ ਬਲੂ ਪੈਨ ਇਸ਼ਾਰੇ ਕਰਦੇ ਨੇ। ਕੀ ਕੀ ਕਾਰਨ ਕੀ ਹੈ ਕਿ ਉਹ ਆਪਣਾ ਸਕੂਲ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਆ, ਵੀ ਬਾਹਰਲੇ ਬੱਚੇ ਨਾ ਆਉਣ, ਕਿਉਂ ਕਾਰਨ ਕੀ ਸਮਝਦੇ ਹੋ? ਇਹਨਾਂ ਦੇ ਕਾਰਨ ਦਾ ਨਹੀਂ ਪਤਾ, ਪਰ ਇਹ ਆਪਣੇ ਆਪਣੀ ਸਟੇਟ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੀ ਸਟੇਟ ਚੈਂਪੀਅਨ ਆਵੇ, ਬਾਕੀ ਸਟੇਟ ਪਿੱਛੇ ਰਹਿ ਜਾਣ। ਹੁਣ ਤੁਸੀਂ ਕੀ ਕਰੋਗੇ ਅਗਲੀ ਵਾਰ ਜਿਹੜਾ ਤੁਹਾਡੇ ਨਾਲ ਇਸ ਧੱਕਾ ਕੀਤਾ ਗਿਆ, ਤੁਸੀਂ ਇਲਜ਼ਾਮ ਲਗਾ ਰਹੇ ਹੋ, ਹੁਣ ਅਗਲੇ ਵਾਰ ਤੁਸੀਂ ਖੇਡਾਂ ਦੇ ਵਿੱਚ ਆਓਗੇ ਜਾਂ ਨਹੀਂ ਆਓਗੇ? ਜੇ ਤਾਂ ਇਹ ਸਾਨੂੰ ਇੱਦਾਂ ਹੀ ਹਰਾਉਂਦੇ ਰਹਿਣਗੇ ਤਾਂ ਫਿਰ ਸਾਡਾ ਖੇਡਣ ਦਾ ਵੀ ਕੀ ਫਾਇਦਾ, ਫਿਰ ਤਾਂ ਆਉਣਾ ਨਹੀਂ ਚਾਹੀਦਾ। ਤੁਸੀਂ ਧੱਕਾ ਦੀ ਗੱਲ ਕੀਤੀ ਗਿਆ, ਉਹ ਕੌਣ ਸੀ ਸ਼ਖਸ ਜਿਹਨਾਂ ਵੱਲੋਂ ਧੱਕਾ ਕੀਤਾ ਗਿਆ, ਕੀ ਨਾਮ ਸੀ ਉਹਨਾਂ ਦਾ? ਉਹ ਗੁਰਦਾਸਪੁਰ ਦੀ ਕੁੜੀ ਸੀਗੀ ਜਿਹਦੇ ਨਾਲ ਮੇਰੀ ਬਾਊਟ ਸੀਗੀ, ਔਰ ਇਹਨਾਂ ਨੇ ਮੈਨੂੰ ਮਤਲਬ ਹਰਾਉਣ ਵਾਸਤੇ ਜਿਹੜੇ ਰੈਫਰੀ ਸੀ ਵਿੱਚ ਉਹਨਾਂ ਨੂੰ ਇਸ਼ਾਰਾ ਕੀਤਾ ਸੀਗਾ ਕਿ ਰੈੱਡ ਨੂੰ ਹਰਾ ਕੇ ਬਲੂ ਨੂੰ ਜਿਤਾਓ, ਅਤੇ ਜਿਹੜੇ ਸਾਡੇ ਵੇਟ ਹੁੰਦੇ ਆ ਉਹ ਮਤਲਬ ਕਿ ਲੇਡੀਜ਼ ਟੀਚਰਸ ਆਉਂਦੇ ਆ, ਪਰ ਲੇਡੀ ਟੀਚਰਸ ਵੀ ਨਹੀਂ ਆਏ, ਨਾ ਕੋਈ ਉੱਥੇ ਕੁੜੀ ਸੀਗੀ ਜਿਹਨੇ ਵੇਟ ਕੀਤੇ, ਵੇਟ ਵੀ ਸਾਡੇ ਮੁੰਡਿਆਂ ਨੇ ਕੀਤੇ ਸੀ। ਪੰਜਾਬ ਸਰਕਾਰ ਕਹਿੰਦੀ ਹੈ ਵੀ ਜਿਹੜਾ ਧੀਆਂ ਨੂੰ ਅਸੀਂ ਪੂਰਾ ਬਣਦਾ ਜਿਹੜਾ ਹੱਕ ਦੇਵਾਂਗੇ, ਕਿ ਤੁਸੀਂ ਕੀ ਸਮਝਦੇ ਤੁਹਾਡੇ ਨਾਲ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ, ਕੀ ਸਮਝਦੇ ਉਸ ਨੂੰ? ਸਾਨੂੰ ਸਾਡਾ ਹੱਕ ਹੀ ਨਹੀਂ ਮਿਲਿਆ,